ਚੰਦੂਮਾਜਰਾ ਸਾਹਿਬ ਪਾਰਟੀ ਨੇ ਬਾਹਰ ਕੱਢ ਦਿੱਤਾ ਤੁਹਾਨੂੰ ਸਾਰਿਆਂ ਨੂੰ। ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਨਵਾਂ ਪ੍ਰਧਾਨ ਚੁਣੋਗੇ, ਲੌਂਗੋਵਾਲ ਹੋਰਾਂ ਦੀ ਵਰਸੀ ਦੇ ਉੱਤੇ ਚੁਣਿਆ ਜਾ ਸਕਦਾ, ਹੋ ਸਕਦਾ ਮਿਸ ਵਡਾਲਾ ਹੋਰਾਂ ਨੂੰ ਜਿਹੜਾ ਨਵਾਂ ਪ੍ਰਧਾਨ ਲਗਾ ਦਿੱਤਾ ਜਾਵੇ ਤੁਹਾਡੇ ਵੱਲੋਂ? ਨਹੀਂ, ਪਹਿਲੀ ਗੱਲ ਅਸੀਂ ਜੋ ਗੱਲ ਕਹੀ, ਅਸੀਂ ਇਹ ਕਿਹਾ ਕਿ ਦੋ ਬੰਦੇ ਮਤਲਬ ਕਿਸੇ ਨੂੰ ਪਾਰਟੀ ਚੋਂ ਨਹੀਂ ਕੱਢ ਸਕਦੇ, ਨਾ ਕੱਢਣ ਦਾ ਉਹਨਾਂ ਨੂੰ ਕੋਈ ਕਾਨੂੰਨੀ ਤੌਰ 'ਤੇ ਅਧਿਕਾਰ ਆ। ਪਹਿਲੀ ਗੱਲ ਤਾਂ ਅਨੁਸ਼ਾਸਨ ਕਮੇਟੀ ਹੀ ਵਿਧਾਨ ਦੇ ਵਿੱਚ ਕੋਈ ਨਹੀਂ ਹੁੰਦੀ, ਅਤੇ ਦੂਜੀ ਗੱਲ ਇਹ ਆ ਅਸਲੀ ਮਿਹਨਤ ਵਿੱਚ ਅਪੈਕਸ ਬੋਡੀ ਪਾਰਟੀ ਦੀ ਵਰਕਿੰਗ ਕਮੇਟੀ ਆ, ਕੋਰ ਕਮੇਟੀ ਵੀ ਕੋਈ ਕੋਰ ਕਮੇਟੀ ਅਕਾਲੀ ਦਲ ਦੇ ਵਿਧਾਨ 'ਚ ਹੈ ਹੀ ਨਹੀਂ, ਮਤਲਬ ਆਪੇ ਬਣਾਈਆਂ ਕਮੇਟੀਆਂ ਨੇ। ਅਤੇ ਕੱਢਣ ਦਾ ਤਰੀਕਾ ਜਿਵੇਂ ਕਿਸੇ ਨਾ ਕੰਪਨੀ 'ਚੋਂ ਕਿਸੇ ਨੂੰ ਕੋਈ CEO ਕਿਸੇ ਡਾਇਰੈਕਟਰ ਨੂੰ ਕੱਢ ਦਿੰਦਾ, ਮਤਲਬ ਆਮ ਲੋਕ ਕਹਿੰਦੇ ਸੀ ਵੀ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕ ਕੰਪਨੀ ਦੀ ਵਾਂਗ, ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗ ਚਲਾਉਂਦੇ ਆ। ਆਹ ਜਿਹੜਾ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਬਾਹਰ ਕੱਢਣਾ, ਮਤਲਬ ਇਸ ਗੱਲ 'ਤੇ ਮੋਹਰ ਲਾ ਦਿੰਦਾ ਵੀ ਵਾਕਈ ਇਹ ਤਾਂ ਯਾਰ ਮਤਲਬ ਪ੍ਰਾਈਵੇਟ ਲਿਮਿਟਡ ਕੰਪਨੀ ਵਾਲਾ ਹੀ ਵਿਵਹਾਰ ਆ, ਨਹੀਂ ਤਾਂ ਪਾਰਟੀ ਦੀ ਅਪੈਕਸ ਬੋਡੀ ਆ ਵਰਕਿੰਗ ਕਮੇਟੀ। ਉਹ ਕਹਿੰਦੇ ਨੇ ਨਾ ਵੀ ਸਰਪ੍ਰਸਤ ਨੂੰ ਕੋਈ ਅਧਿਕਾਰ ਨਹੀਂ, ਅਤੇ ਫਿਰ ਕੋਰ ਕਮੇਟੀ ਕੋਈ ਕਾਨੂੰਨੀ ਤੌਰ 'ਤੇ ਹੈ ਨਹੀਂ, ਅਤੇ ਅਨੁਸ਼ਾਸਨ ਕਮੇਟੀ ਕੋਈ ਹੱਕ ਹੀ ਨਹੀਂ ਰੱਖਦੀ ਕੱਢਣ ਦਾ। ਮਤਲਬ ਉਹਦਾ ਜਵਾਬ ਆ ਵੀ ਜਿਹੜਾ ਸਰਪ੍ਰਸਤ ਪਾਰਟੀ ਦਾ, ਉਹਨੇ ਮਹਿਸੂਸ ਕੀਤਾ ਵੀ ਐਡਾ ਨਿਘਾਰ ਆ ਗਿਆ ਵੀ ਜਿਹੜੀ ਸਾਰੀ ਸੀਨੀਅਰ ਲੀਡਰਸ਼ਿਪ ਆ, ਜਿਹਨੇ ਜੇਲ੍ਹਾਂ ਕੱਟੀਆਂ, ਜਿਹਨੇ ਮਾਰਾਂ ਖਾਧੀਆਂ, ਜਿਹਨਾਂ ਨੇ ਤਸ਼ੱਦਦ ਸਹੇ, ਉਹ ਸਾਰੀ ਲੀਡਰਸ਼ਿਪ ਨੂੰ ਤੁਸੀਂ ਪਾਰਟੀ 'ਚੋਂ ਬਾਹਰ ਕੱਢ ਦਿਓ, ਅਤੇ ਜਿਹਨਾਂ ਨੇ 5 ਮਿੰਟ ਵੀ ਕਿਤੇ ਜਾ ਕੇ ਥਾਣੇ ਨਾਲ ਬੈਠੇ ਹੋਣ, ਥਾਣਿਆਂ 'ਚ ਕਈ ਤਾਂ ਮਾਫ਼ੀਨਾਮੇ ਲਿਖ ਕੇ ਦੇ ਕੇ ਆਏ ਹੋਣ, ਉਹ ਲੋਕ ਮਤਲਬ ਪਾਰਟੀ 'ਚ ਕੱਢਣ ਵਾਲੇ ਬਣ ਗਏ। ਸੋ ਇਸ ਗੱਲ ਦਾ ਜਵਾਬ ਸੀ। ਅਤੇ ਦੂਜੀ ਫਿਰ ਨਾਲ ਜਿਹੜਾ ਕਿਹਾ ਵੀ ਹੁਣ ਪਾਰਟੀ ਕਿਸਮ ਦੀ ਹੈੱਡਲੈਸ ਹੋ ਗਈ, ਕਿਉਂਕਿ ਸਾਹ ਸੁਖਬੀਰ ਸਿੰਘ ਬਾਦਲ ਹੋਰਾਂ 'ਤੇ ਜਿਹੜੇ ਇਹ ਗੰਭੀਰ ਇਲਜ਼ਾਮ ਜੱਗ ਜ਼ਾਹਰ ਹੋ ਗਏ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਵਿਅਕਤੀ ਨੂੰ ਮਤਲਬ ਕੱਢਿਆ ਹੋਵੇ, ਉਹਦੇ ਨਾਲ ਸੰਬੰਧ ਰੱਖਣ ਨਾ ਰੱਖਣ ਦੀ ਅਪੀਲ ਮਤਲਬ ਹੁਕਮ ਕੀਤੇ ਹੋਣ, ਉਹ ਬੰਦੇ ਨਾਲ ਤੁਸੀਂ ਰਾਬਤਾ ਰੱਖ ਰਹੇ ਹੋ ਔਰ ਵਿਚੋਲਾ ਵੀ ਉਹਨੂੰ ਬਣਾ ਰਹੇ ਹੋ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹਦੇ 'ਤੇ ਦੋਸ਼ ਹੋਣ, ਅਤੇ ਵਿਚੋਲਗੀ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਵੀ ਕਰ ਰਿਹਾ, ਉਹ ਚਿੱਠੀਆਂ ਵਿੱਚ ਸੋਧ ਵੀ ਕਰ ਰਿਹਾ, ਉਹ ਹਾਂਜੀ ਕਰਵਾ ਰਿਹਾ ਇਹਨਾਂ ਤੋਂ, ਇਹ ਆਪ ਕਰ ਰਹੇ ਨੇ। ਮਤਲਬ ਇਹ ਤਾਂ ਬੜੀਆਂ ਹੈਰਾਨੀ ਵਾਲੀਆਂ ਗੱਲਾਂ ਜੱਗ ਜ਼ਾਹਰ ਹੋਈਆਂ ਨੇ। ਉਹ ਤੋਂ ਬਾਅਦ ਯਾਨੀ ਕੁੱਲ ਮਿਲਾ ਕੇ ਜਦੋਂ ਇਹ ਲੱਗਿਆ ਵੀ ਪਾਰਟੀ ਹੈੱਡਲੈਸ ਹੋ ਗਈ, ਅਤੇ ਹੁਣ ਇਸ ਗੰਭੀਰ ਸਥਿਤੀ ਦੇ ਵਿੱਚ ਇੱਕੋ ਇੱਕ ਚਾਰਾ ਕਿ ਜਨਰਲ ਡੈਲੀਗੇਟ ਇਜਲਾਸ ਬੁਲਾ ਕੇ ਉਹਦੇ 'ਚ ਕੋਈ ਰੂਪ ਰੇਖਾ ਨਵੀਂ ਤਿਆਰ ਕੀਤੀ ਜਾਵੇ, ਇਹ ਫੈਸਲਾ ਕੀਤਾ। ਔਰ ਨਾਲੇ ਗੱਲ ਇਹ ਆ ਵੀ ਜਿਹੜੇ ਬੰਦੇ ਪਾਰਟੀਆਂ 'ਚ ਆਏ ਆ ਉਹ ਇੱਕ ਜਦੋ ਜਹਿਦਾਂ 'ਚੋਂ ਆਏ ਆ, ਸੰਘਰਸ਼ਾਂ 'ਚੋਂ ਆਏ ਆ, ਤੁਸੀਂ ਉਹ ਕੋਈ ਨੋਮੀਨੇਟ ਨਹੀਂ ਹੋਏ। ਇਜਲਾਸ ਬੁਲਾਉਣ ਦਾ ਜ਼ਿਕਰ ਕੀਤਾ, ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਕੌਣ ਇਜਲਾਸ ਬੁਲਾ ਸਕਦਾ, ਕਿਵੇਂ ਇਜਲਾਸ ਬੁਲਾਇਆ ਜਾ ਸਕਦਾ, ਔਰ ਤਕਰੀਬਨ 450 ਦੇ ਕਰੀਬ ਡੈਲੀਗੇਟਸ ਨੇ, ਕੀ ਇਹਨਾਂ ਦੀ ਵੋਟਿੰਗ ਹੋਏਗੀ ਨਵੇਂ ਪ੍ਰਧਾਨ ਨੂੰ ਲੈ ਕੇ? ਉਹ ਉਸ ਦੇ ਵਿੱਚ ਇੱਕ ਪਾਸੋਂ ਸੁਖਬੀਰ ਬਾਦਲ ਹੋਰਾਂ ਨੂੰ ਖੜੇ ਕਰਨਗੇ ਤੁਹਾਡੇ ਵੱਲੋਂ ਤੌਰ ਤੇ ਨਾ ਜੀ, ਪਾਰਟੀ ਯਾਨੀ ਦੋ ਹਿੱਸਿਆਂ 'ਚ ਵੰਡੀ ਗਈ। ਇੱਕ ਪਾਰਟੀ ਦੇ ਵਿੱਚ ਉਹ ਲੋਕ ਨੇ ਜਿਹੜੇ ਜੇਲ੍ਹਾਂ 'ਚੋਂ ਆਏ ਨੇ, ਕੁਰਬਾਨੀਆਂ 'ਚੋਂ ਆਏ ਨੇ, ਸੰਘਰਸ਼ਾਂ 'ਚੋਂ ਆਏ ਨੇ, ਜਦੋ ਜਹਿਦਾਂ 'ਚੋਂ ਆਏ ਨੇ, ਪਾਰਟੀ ਲਈ ਆਪਣਾ ਜੀਵਨ ਲਾ ਕੇ ਆਏ ਨੇ। ਇੱਕ ਤਾਂ ਉਹ ਲੋਕ ਆ ਜਿਹੜੇ ਜਿਨ੍ਹਾਂ ਨੂੰ ਸਾਨੂੰ ਬਾਗੀ ਕਹੀ ਜਾਂਦੇ ਆ, ਅਤੇ ਦੂਜੇ ਉਹ ਲੋਕ ਨੇ ਜਿਹੜੇ AC ਕਾਰਾਂ 'ਚੋਂ ਨਿਕਲ ਕੇ ਮਤਲਬ ਜਾਂ ਇਹ ਕਹਿ ਲਓ ਵੀ ਕੋਈ ਰੇਤ ਮਾਫੀਆ, ਕੋਈ ਸ਼ਰਾਬ ਮਾਫੀਆ, ਕੋਈ ਨਸ਼ਾ ਮਾਫੀਆ, ਕੋਈ ਮਤਲਬ ਇਸ ਕਿਸਮ ਦੇ ਲੋਕ ਕੇਵਲ ਝੋਲੀ ਚੁੱਕ ਚਾਪਲੂਸ ਬਣ ਕੇ, ਕੀ ਨਾਮ ਦੱਸੋ ਨਾ ਤਾਂ ਦੁਨੀਆਂ ਨੂੰ ਪਤਾ, ਇਹ ਤਾਂ ਹੁਣ ਡਿਮਾਰਕੇਸ਼ਨ ਹੋ ਗਈ ਸਿੱਧੀ, ਨਹੀਂ ਤੁਸੀਂ ਦੱਸ ਦਿਓ ਆ ਨਾਮ ਨੇ, ਮਤਲਬ ਕਈ ਇੱਕ ਹੋਵੇ ਤਾਂ ਕਹੀਏ, ਤੇ ਇਹ ਮਤਲਬ ਜਿਹੜੀ ਇਹ ਡਿਵੀਜ਼ਨ ਹੋ ਗਈ ਨਾ ਪਾਰਟੀ 'ਚ, ਹੁਣ ਇਹ ਜਿਹੜੀ ਆ ਜੱਗ ਜ਼ਾਹਰ ਹੋ ਗਈ ਜਦੋਂ ਜਥੇਦਾਰ ਮੋਹਨ ਸਿੰਘ ਟੋਡ ਹੋਰਾਂ ਦੀ ਬਰਸੀ 'ਤੇ 4 ਦਹਾਕਿਆਂ ਬਾਅਦ ਐਡਾ ਇਕੱਠ ਹੋਇਆ,
ਔਰ ਉਸ ਇਕੱਠ ਦੇ ਵਿੱਚ ਜਿਹੜੇ ਵੀ ਪੰਥ ਹਿਤੈਸ਼ੀ ਪੰਜਾਬ ਹਿਤੈਸ਼ੀ ਮਤਲਬ ਲੋਕ ਸੀ ਜਾਂ ਆਗੂ ਸੀ ਉਹ ਤਕਰੀਬਨ ਸਾਰੇ ਉੱਥੇ ਹਾਜ਼ਰ ਹੋਏ ਤੇ ਜਿਹੜੇ ਕਾਰਾਂ ਵਾਲੇ ਸੀ ਏਸੀ ਕਮਰਿਆਂ ਵਾਲੇ ਸੀ ਉਹ ਉੱਥੇ ਗਏ ਨਹੀਂ ਕਿਉਂਕਿ ਅਸੀਂ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਐਸੇ ਹੱਥਾਂ ਵਿੱਚ ਹੋਣੀ ਚਾਹੀਦੀ ਆ ਜਿਹੜੇ ਜਿਸ ਤਰ੍ਹਾਂ ਦੀ ਲੋਕ ਤਵੱਕੋਂ ਕਰਦੇ ਨੇ ਕਿ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਦੇ ਜਥੇਦਾਰ ਅਕਾਲੀ ਦਲ ਦੇ ਆਗੂ ਕਿਹੋ ਜਿਹੇ ਹੋਣੇ ਚਾਹੀਦੇ ਆ ਉਹਨਾਂ ਦਾ ਪਹਿਰਾਵਾ ਕਿਹੋ ਜਿਹਾ ਹੋਵੇ ਉਹਨਾਂ ਦੀ ਗੱਲਬਾਤ ਕਿਹੋ ਜਿਹੀ ਹੋਵੇ ਵੋਕੈਬਲਰੀ ਕਿਹੋ ਜਿਹੀ ਹੋਵੇ ਡੈਲੀਗੇਟ ਬੁਲਾਉਣ ਇਜਲਾਸ ਬੁਲਾਇਆ ਜਾਏਗਾ ਵੋਟਿੰਗ ਹੋਏਗੀ ਔਰ ਕੌਣ ਬੁਲਾ ਸਕਦਾ ਤੁਸੀਂ ਤਾਂ ਪਾਰਟੀ ਚੋਂ ਕੱਢੇ ਤਾਂ ਹੁਣ ਦੇਖੋ ਨਾ ਲਗਾਤਾਰ ਜਦੋਂ ਪਾਰਟੀ ਪ੍ਰਧਾਨ ਆਪੇ ਪਾਰਟੀ ਨੂੰ ਖੁਲਾਉਣ ਲੱਗ ਗਏ ਆਪੇ ਪਾਰਟੀ ਨੂੰ ਵੰਡਣ ਲੱਗ ਗਏ ਪਾਰਟੀ ਪ੍ਰਧਾਨ ਨੇ ਆਪੇ ਇੱਕ ਧੜਾ ਬਣਾ ਲਿਆ ਪਾਰਟੀ ਪ੍ਰਧਾਨ ਨੇ ਸਮੁੱਚੀ ਪਾਰਟੀ ਦੀ ਅਗਵਾਈ ਕਰਨੀ ਥਾਂ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕਰਤੀ ਉਦੋਂ ਕੁਦਰਤੀ ਤੌਰ ਤੇ ਫਿਰ ਕੁਛ ਸ਼ੇਰ ਦੇ ਲੋਕ ਮਹਿਸੂਸ ਕਰਦੇ ਨੇ ਵੀ ਹੁਣ ਅੱਖਾਂ ਵਿੱਚ ਕਿਤੇ ਦੇਖਿਆ ਨਹੀਂ ਜਾ ਸਕਦਾ ਸੋ ਪਾਰਟੀ ਦੇ ਜਿਹੜੇ ਸਰਪ੍ਰਸਤ ਰਹਿ ਗਏ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਇਮਾਨਦਾਰੀ ਨਾਲ ਮਹਿਸੂਸ ਕੀਤਾ ਵੀ ਹੁਣ ਸਮਾਂ ਆ ਗਿਆ ਹੁਣ ਮਤਲਬ ਸਾਨੂੰ ਲਾਜ਼ਮੀ ਤੌਰ ਤੇ ਕੋਈ ਤੈਅ ਕਰਨਾ ਪਊਗਾ ਉਹਦੇ ਲਈ ਉਹਨਾਂ ਨੇ ਕਿਹਾ ਵੀ ਮੈਂ ਐਜ ਏ ਸਰਪ੍ਰਸਤ ਸੱਦਾਂਗਾ ਤੇ ਉਹਨਾਂ ਨੂੰ ਅਪੀਲ ਕਰਾਂਗਾ ਵੀ ਨਵੀਂ ਰੂਪ ਰੇਖਾ ਤਿਆਰ ਕਰੋ ਚਰਚਾ ਵੀ ਇਹ ਕਿ ਲੌਂਗੋਵਾਲ ਹੋਰਾਂ ਦੀ ਬਰਸੀ ਦੇ ਉੱਤੇ ਜਦੋਂ ਇਕੱਠ ਹੋਏਗਾ ਉੱਥੇ ਨਵਾਂ ਪ੍ਰਧਾਨ ਵਡਾਲਾ ਹੋਰਾਂ ਨੂੰ ਚੁਣਿਆ ਜਾ ਸਕਦਾ ਮਤਲਬ ਇਹ ਉੱਥੇ ਸੱਦਦੇ ਹਾਂ ਜਾਂ ਪਹਿਲਾਂ ਸੱਦਦੇ ਹਾਂ ਜਾਂ ਪਿੱਛੋਂ ਸੱਦਦੇ ਹਾਂ ਇਹ ਅਜੇ ਫੈਸਲਾ ਕਰਨਾ ਕਿਉਂਕਿ ਦੋ ਚਾਰ ਦਿਨਾਂ 'ਚ ਅਸੀਂ ਮੀਟਿੰਗ ਕਰਕੇ ਤੈਅ ਕਰਾਂਗੇ ਵੀ ਹੋ ਸਕਦਾ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ ਦੀ ਬਰਸੀ 'ਤੇ ਕਰ ਲਈਏ ਬਾਅਦ 'ਚ ਕਰ ਲਈਏ ਅਜੇ ਤਾਂ ਉਹਦਾ ਮਤਲਬ ਅਸੀਂ ਫੈਸਲਾ ਕਰਨਾ ਉਹਦੇ ਬਾਰੇ ਇਹ ਕਿਵੇਂ ਇਜਲਾਸ ਬੁਲਾਇਆ ਜਾ ਸਕਦਾ ਔਰ ਕਿਵੇਂ ਪ੍ਰੋਸੈਸ ਕੀ ਹੁੰਦਾ ਕਿਉਂਕਿ ਤੁਹਾਨੂੰ ਤਾਂ ਪਾਰਟੀ ਨੇ ਬਾਹਰ ਕੱਢਤਾ ਇਹ ਪਾਰਟੀ ਨੇ ਥੋੜ੍ਹਾ ਬਾਹਰ ਕੱਢਤਾ ਪਾਰਟੀ ਦੇ ਸਾਡੇ ਹੁਣ ਸਰਪ੍ਰਸਤ ਨੇ ਸਾਨੂੰ ਉਹ ਫੈਸਲਾ ਹੀ ਰੱਦ ਕਰਤਾ ਜਿਹੜਾ ਸਾਨੂੰ ਕੱਢਣ ਦਾ ਫੈਸਲਾ ਕੁਛ ਬੰਦਿਆਂ ਨੇ ਕਰਿਆ ਮਤਲਬ ਸਾਬਤ ਕਰਤਾ ਵੀ ਇਹ ਪਾਰਟੀ ਨਹੀਂ ਇਹ ਤਾਂ ਇੱਕ ਲਿਮਿਟਿਡ ਕੰਪਨੀ ਆ ਮਤਲਬ ਪਾਰਟੀ ਦੇ ਰੂਲ ਕਾਨੂੰਨ ਵਿਧਾਨ ਹੁੰਦਾ ਉਸ ਸਿਸਟਮ ਦੇ ਤਹਿਤ ਹੀ ਮਤਲਬ ਕੋਈ ਗੱਲ ਹੋ ਸਕਦੀ ਹੈ ਤੁਸੀਂ ਕਹਿ ਰਹੇ ਇਜਲਾਸ ਬੁਲਾਇਆ ਜਾਏਗਾ ਡੈਲੀਗੇਟਸ ਉਸ ਦੇ ਵਿੱਚ ਕਿਉਂਕਿ ਕਿੰਨੇ 468 ਡੈਲੀਗੇਟਸ ਨੇ ਉਹ ਦੇਖਣਗੇ ਉਹਦੀ ਵੋਟਿੰਗ ਹੋਏਗੀ ਨੈਚੁਰਲੀ ਜਿਹੜੇ ਹੋਣਗੇ ਉਹਨਾਂ ਦੇ ਹਾਜ਼ਰ ਮੈਂਬਰਾਂ ਦੀ ਹੋਏਗੀ ਉਹਨਾਂ ਵੱਲੋਂ ਸੁਖਬੀਰ ਬਾਦਲ ਤੁਹਾਡੇ ਵੱਲੋਂ ਵਡਾਲਾ ਹੋ ਰਹੀ ਉਹ ਤਾਂ ਹੁਣ ਤੈਅ ਕਰਾਂਗੇ ਮਤਲਬ ਕੁਦਰਤੀ ਤੌਰ ਤੇ ਵੀ ਕਿਹੜਾ ਉਹ ਕਰਦੇ ਆ ਕਿਹੜਾ ਅਸੀਂ ਕਰਦੇ ਹਾਂ ਜਾਂ ਕੀ ਹੁੰਦਾ ਤੇ ਪਰ ਉਹ ਤਾਂ ਢੀਂਡਸਾ ਸਾਹਿਬ ਜਲਦੀ ਕਹਿੰਦੇ ਸੀ ਵੀ ਅਸੀਂ ਮੀਟਿੰਗ ਬੁਲਾ ਕੇ ਆਪਾਂ ਤੈਅ ਕਰ ਲੈਂਦੇ ਵੀ ਕਦੋਂ ਰੱਖਣਾ ਕਿੱਥੇ ਰੱਖਣਾ ਇਹ ਇਜਲਾਸ ਸਰਪ੍ਰਸਤ ਬੁਲਾਉਂਦੇ ਨੇ ਜਾਂ ਪ੍ਰਧਾਨ ਬੁਲਾਉਂਦੇ ਨੇ ਜਾਂ ਕਿਵੇਂ ਇਜਲਾਸ ਸੱਦਿਆ ਜਾ ਸਕਦਾ ਜਾਂ ਕਿਵੇਂ ਵੋਟਿੰਗ ਦਾ ਪ੍ਰੋਸੈਸ ਕੀ ਹੁੰਦਾ ਸੱਦਣ ਦੇ ਵੈਸੇ ਕਾਨੂੰਨੀ ਤਰੀਕੇ ਕਈ ਨੇ ਪਰ ਜਦੋਂ ਕੋਈ ਕਾਨੂੰਨ ਅਸੂਲ ਸਿਸਟਮ ਕੋਈ ਰਹੇ ਨਾ ਫਿਰ ਕਿਸੇ ਨੂੰ ਤਾਂ ਕੁਛ ਅਗਵਾਈ ਕਰਨੀ ਪੈਂਦੀ ਆ ਵੈਸੇ ਕਾਨੂੰਨੀ ਤੌਰ ਤੇ ਕੀ ਹੁੰਦਾ ਕਾਨੂੰਨੀ ਤੌਰ ਤੇ ਤਾਂ ਦੇਖੋ 10% ਕਾਲ ਕਰ ਸਕਦੇ ਨੇ ਮਤਲਬ 40-45 ਦੇ ਕਰੀਬ ਤੇ ਮਤਲਬ ਫਿਰ ਉਹ ਤੋਂ ਬਾਅਦ ਬਹੁ ਗਿਣਤੀ ਜਿਹੜੀ ਹੁੰਦੀ ਆ ਹਾਜ਼ਰਾਂ ਦੀ ਉਹ ਫਿਰ ਫੈਸਲਾ ਕਰਦੀ ਆ ਤੇ ਕਾਨੂੰਨੀ ਤੌਰ ਦੇ ਨਾਲ ਨਾਲ ਹੁਣ ਤਾਂ ਕਾਨੂੰਨ ਅਸੂਲ ਰਿਹਾ ਹੀ ਨਹੀਂ ਹੁਣ ਜਦੋਂ ਦਾ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਣੀ ਬਣੇ ਨੇ ਇਹ ਸਾਰੇ ਫੈਸਲੇ ਕੋਰ ਕਮੇਟੀ 'ਚ ਕਰਾਇਆ ਸੀ ਵਿੱਚ ਸੀ ਤੇ ਕੋਰ ਕਮੇਟੀ ਵੈਸੇ ਕਾਨੂੰਨੀ ਤੌਰ ਤੇ ਹੈ ਹੀ ਨਹੀਂ ਕੋਈ ਵਿਧਾਨ ਦੇ ਵਿੱਚ ਕੋਰ ਕਮੇਟੀ ਹੈ ਹੀ ਨਹੀਂ ਮਤਲਬ ਬਿਨਾਂ ਕਾਨੂੰਨ ਤੋਂ ਕੰਮ ਚੱਲ ਰਿਹਾ ਸੋ ਇਸ ਲਈ ਕੀ ਸਿੰਬਲ ਜਾਂ ਪਾਰਟੀ ਦਫ਼ਤਰ ਇਹਨੂੰ ਲੈ ਕੇ ਤੁਸੀਂ ਸਾਰੇ ਹੁਣ ਕੀ ਸੋਚ ਰਹੇ ਹੋ ਤਕੜੀ ਨੂੰ ਲੈ ਕੇ
ਔਰ ਪਾਰਟੀ ਦਫ਼ਤਰ ਜਾਣ ਨੂੰ ਲੈ ਕੇ ਤਾਂ ਜਦੋਂ ਮਤਲਬ ਫੈਸਲਾ ਹੋਊਗਾ ਵਿਧਾਨ ਮਤਲਬ ਪ੍ਰੋਪਰ ਤੌਰ ਤੇ ਪ੍ਰਧਾਨ ਦੀ ਚੋਣ ਹੋਏਗੀ ਉਦੋਂ ਬਾਅਦ ਕਲੇਮ ਕੀਤੇ ਜਾਣਗੇ ਮਤਲਬ ਫੇਰ ਹੀ ਮਤਲਬ ਅੱਗੇ ਚੱਲਿਆ ਜਾਊਗਾ। ਦੂਸਰਾ ਵੀ ਜਿਹੜੀ ਪ੍ਰਦੀਪ ਕਲੇਅਰ ਹੋਰਾਂ ਦੀ ਸਟੇਟਮੈਂਟ ਆਈ ਇਸ ਸਟੇਟਮੈਂਟ ਨੂੰ ਇਹਨਾਂ ਬਿਆਨਾਂ ਨੂੰ ਲੈ ਕੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਓਗੇ ਇਹਨਾਂ ਬਿਆਨਾਂ ਨੂੰ ਤੁਸੀਂ ਦੱਸੋਗੇ ਕਿ ਇਹ ਸਾਰੇ ਮਸਲੇ ਨੂੰ ਲੈ ਕੇ ਜੋ ਹੈ ਇਸ ਦੀ ਜਾਂਚ ਹੋਵੇ ਜਾਂ ਕੁਛ ਹੋਵੇ? ਮੈਂ ਸਮਝਦਾ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਆਨਾਂ ਨੂੰ ਲੈ ਕੇ ਜਾਣ ਦੀ ਲੋੜ ਹੀ ਨਹੀਂ। ਦੁਨੀਆਂ ਭਰ ਦਾ ਨਾਨਕ ਨਾਮ ਲੇਵਾ ਉਬਲਿਆ ਪਿਆ, ਦੁਨੀਆਂ ਭਰ ਦੇ ਨਾਨਕ ਨਾਮ ਲੇਵੇ ਦੇ ਹਿਰਦੇ ਬਲੁਦਰੇ ਗਏ, ਲੋਕ ਤਾਂ ਹੱਕੇ ਬੱਕੇ ਰਹਿ ਗਏ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਉਹ ਮਤਲਬ ਡੇਰਾ ਸਰਸਾ ਅੰਦਰ ਖਾਤੇ ਨਾਰਾਜ਼ ਸੀ ਨਿੱਜੀ ਹਿੱਤ ਲੈਣ ਲਈ ਇਸ ਤਰ੍ਹਾਂ ਦੀਆਂ ਆਂਢ ਸਾਂਢ ਕਰੇ ਮਤਲਬ ਗੱਲਬਾਤ ਕਰੇ। ਮੈਂ ਲੋਕ ਦਾ ਕੁਦਰਤੀ ਤੌਰ ਤੇ ਪਰੇਸ਼ਾਨ ਵੀ ਹਾਂ ਹੈਰਾਨ ਵੀ ਹਾਂ ਔਰ ਜਹਿਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਤਾਂ ਸਾਹਮਣੇ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਜੇ ਤਾਂ ਗੱਲ ਕੋਈ ਲੁਕੀ ਛਿਪੀ ਹੋਵੇ ਤਾਂ ਜਹਿਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾ ਕੇ ਦੱਸੇ, ਇਹ ਤਾਂ ਦੁਨੀਆਂ 'ਚ ਜਗ ਜਾਹਰ ਹੋਊਗੀ, ਇਹ ਤਾਂ ਦੁਨੀਆਂ ਭਰ ਦੇ ਵਿੱਚ ਰੌਲਾ ਪੈ ਗਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਾਂ ਹੁਣ ਤੱਕ ਸੂਆ ਮੋਟਰ ਨੋਟਸ ਲੈ ਲੈਣਾ ਚਾਹੀਦਾ ਸੀ। ਮੈਂ ਜੋ ਸਮਝਦਾ ਤੱਕ ਲੈਣਗੇ ਜਾਂ ਕਰਨਗੇ ਇਹ ਉਹਨਾਂ 'ਤੇ ਡਿਪੈਂਡ ਕਰਦਾ, ਪਰ ਹੁਣ ਕੋਈ ਦੱਸਣ ਦੀ ਲੋੜ ਨਹੀਂ ਰਹਿ ਗਈ, ਹੁਣ ਤਾਂ ਜਗ ਜਾਹਰ ਹੋ ਗਈ, ਹੁਣ ਤਾਂ ਮਤਲਬ ਗੱਲ ਲੁਕੀ ਛਿਪੀ ਰਹੀ ਨਹੀਂ। ਹੁਣ ਗੱਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਸੋ ਮੋਟਰ ਨੋਟਿਸ ਲੈਣਾ ਚਾਹੀਦਾ ਸੀ ਸ੍ਰੀ ਮਤਲਬ ਹਾਂ ਜਦੋਂ ਸਾਹਮਣੇ ਉਹਨਾਂ ਦੀ ਗੱਲ ਆ ਗਈ ਤਾਂ ਹੋ ਸਕਦਾ ਲੈਣ। ਮਤਲਬ ਮੈਂ ਤੁਸੀਂ ਕਹਿ ਰਹੇ ਵੀ ਜਾਊਂਗੇ ਸਾਨੂੰ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਹੁਣ ਤਾਂ ਜਗ ਜਾਹਰ ਆ ਗੱਲ, ਜੇ ਤਾਂ ਲੁਕੀ ਛਿਪੀ ਹੁੰਦੀ ਫਿਰ ਤਾਂ ਅਸੀਂ ਦੱਸਦੇ ਵੀ ਆ ਗੱਲ ਦਾ ਪਤਾ ਲੱਗਿਆ, ਇਹ ਤਾਂ ਦੁਨੀਆਂ ਭਰ ਦੇ ਵਿੱਚ ਰੌਲਾ ਪੈ ਗਿਆ ਇਸ ਗੱਲ ਦਾ। ਤੇ ਮੈਂ ਸਮਝਦਾ ਕਿ ਫਿਰ ਹੈਰਾਨੀ ਇਸ ਗੱਲ ਦੀ ਵੀ ਡੇਰਾ ਸਰਸਾ ਨਾਲ ਤਾਂ ਰਾਬਤਾ ਕੀਤਾ ਅੰਦਰ ਖਾਤੇ ਆਂਢ ਸਾਂਢ ਕੀਤੀ, ਉਹ ਨਾਲ ਵਿਚੋਲਗੀ ਕਿਹੜੇ ਬੰਦੇ ਦੀ ਕੀਤੀ? ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀ ਆ ਉਹ ਤਾਂ ਵਿਚੋਲਾ ਬਣਾ ਕੇ ਉਹਦੇ ਨਾਲ ਚਿੱਠੀਆਂ ਆਦਾਨ ਪ੍ਰਦਾਨ ਕਰਦੇ ਰਹੇ ਤੇ ਫਿਰ ਆਪ ਹੀ ਚਿੱਠੀਆਂ ਦੇ ਵਿੱਚ ਸੋਧ ਕਰਦੇ ਰਹੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹਿਦਾਰ ਨੂੰ ਵੀ ਮੈਂ ਸਮਝਦਾ ਪਰਦੇ 'ਚ ਰੱਖਿਆ ਜਾਂ ਉਹਨਾਂ ਨਾਲ ਇੱਕ ਕਿਸਮ ਦੀ ਇਹ ਜਾਲਸਾਜ਼ੀ ਕੀਤੀ। ਸੋ ਇਹ ਗੱਲਾਂ ਬੜੀਆਂ ਹੈਰਾਨੀ ਵਾਲੀਆਂ ਸਾਹਮਣੇ ਆਈਆਂ ਨੇ। ਪ੍ਰਦੀਪ ਕਲੇਅਰ ਦੇ ਪਿੱਛੇ ਤੁਸੀਂ ਸਾਰੇ ਖੜੇ ਹੋ, ਇਸ ਤਰੀਕੇ ਦੇ ਇਲਜ਼ਾਮ ਲੱਗ ਰਹੇ, ਤੁਸੀਂ ਇਸ ਦੇ ਪਿੱਛੇ ਸਾਰੇ ਨਹੀਂ ਅਸੀਂ ਖੜੇ ਹਾਂ ਕਿ ਉਹ ਖੜੇ ਨੇ, ਚਾਹਾਂ ਤਾਂ ਉਹ ਪਲਾਉਂਦੇ ਨੇ, ਕੋਠੀਆਂ 'ਚ ਤਾਂ ਪ੍ਰਦੀਪ ਕਲੇਅਰ ਨੂੰ ਉਹ ਬੁਲਾਉਂਦੇ ਨੇ, ਕੋਠੀਆਂ ਵਿੱਚ ਬੁਲਾ ਕੇ ਚਿੱਠੀਆਂ ਆਪ ਹੀ ਲਿਖ ਕੇ ਆਪ ਹੀ ਸੋਧ ਕਰਦੇ ਨੇ ਤੇ ਖੜੇ ਅਸੀਂ ਹਾਂ ਪਿੱਛੇ। ਪਰ ਹੈਰਾਨੀ ਤਾਂ ਇਸ ਗੱਲ ਦੀ ਆ, ਉਲਟਾ ਚੋਰ ਕਤਵਾਲ ਕੋ ਡਾਂਟੇ ਵੀ ਜਿਨ੍ਹਾਂ ਨੇ ਪ੍ਰਦੀਪ ਕਲੇਅਰ ਹੋਰਾਂ ਨੂੰ ਵਿਚੋਲੇ ਬਣਾਇਆ, ਪ੍ਰਦੀਪ ਕਲੇਅਰ ਹੋਰਾਂ ਨੂੰ ਮਤਲਬ ਚਿੱਠੀਆਂ, ਇਹ ਵੱਖਰੀ ਗੱਲ ਆ। ਉਹਦੇ ਅੰਦਰਲੀ ਆਤਮਾ ਇੱਕ ਦਿਨ ਸੱਚ ਬੋਲਣ ਲਈ ਜਾਗੀ, ਪਰ ਜਾਨੀ ਵਿਚੋਲਗੀ ਤਾਂ ਇਹਨਾਂ ਨੇ ਕਰਵਾਈ ਆ ਉਹ ਤੋਂ। ਤੁਸੀਂ ਬੇਹਦ ਨੇੜੇ ਸੀ ਸੁਖਬੀਰ ਬਾਦਲ ਹੋਰਾਂ ਦੇ, ਤੁਹਾਨੂੰ ਪਤਾ ਪ੍ਰਦੀਪ ਕਲੇਅਰ ਬਾਰੇ ਕਦੀ ਮਿਲਿਆ ਤੁਹਾਡੇ ਸਾਹਮਣੇ? ਜਾਂ ਮੇਰੇ ਸਾਹਮਣੇ ਤਾਂ ਨੀ ਕਦੇ ਮਿਲਿਆ, ਨੀ ਮੈਂ ਝੂਠ ਬੋਲਾਂ ਕਦੀ? ਤੁਸੀਂ ਦੇਖਿਆ ਇਸ ਗੱਲ ਦੀ ਬੜੀ ਹੈਰਾਨੀ ਹੋਈ, ਇੰਨੀ ਦੇਰ ਅਸੀਂ ਇਕੱਠੇ ਰਹੇ ਹਾਂ, ਇਹ ਕਸੋਹਾਂ ਤਾਂ ਚੱਲਦੀਆਂ ਹੁੰਦੀਆਂ ਸੀ ਵੀ ਹਿੰਦੀ ਦੀ ਚਿੱਠੀ ਨੂੰ ਪੰਜਾਬੀ ਚ ਕਰ ਲਿਆ ਸੀ ਤੇ ਦਸਖਤ ਵੀ ਆਪ ਕਰ ਲਏ, ਇਹ ਗੱਲਾਂ ਵੈਸੇ ਕਿਤੇ ਨਾ ਕਿਤੇ ਮਾੜੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ, ਪਰ ਅਸੀਂ ਸੋਚਦੇ ਇਹ ਗੱਲ ਥੋੜੋ ਹੋ ਸਕਦੀ ਹੈ। ਤੁਸੀਂ ਪੁੱਛਿਆ ਸੁਖਬੀਰ ਬਾਦਲ ਨੂੰ ਚਿੱਠੀ ਬਾਰੇ? ਕਦੇ ਪੁੱਛਿਆ ਨੀ। ਰਾਮ ਰਹੀਮ ਨਾਲ ਜਿਹੜੀ ਕਹਿੰਦੇ ਸਵਿਫਟ ਕਾਰ ਦੇ ਵਿੱਚ ਜਾਂ ਜੈਪੁਰ ਚ ਇੱਕ ਮੀਟਿੰਗ, ਇਹ ਤਾਂ ਹੁਣ ਗੱਲਾਂ ਸਾਹਮਣੇ ਆਈਆਂ। ਪੁੱਛਿਆ ਤੁਸੀਂ ਕਦੀ? ਨਹੀਂ ਨਹੀਂ, ਅਸੀਂ ਇਹ ਤਾਂ ਹੁਣ ਗੱਲਾਂ ਸਾਹਮਣੇ ਆਈਆਂ ਨਾ, ਇਹ ਜਿਹੜੀਆਂ ਗੱਲਾਂ ਹੁਣ ਜਗ ਜਾ ਰਹੀਆਂ ਇਹ ਤਾਂ ਪਹਿਲਾਂ ਕਦੇ ਵੀ ਨਹੀਂ ਹੋਈਆਂ ਇਹ ਗੱਲਾਂ। ਇਹ ਇੱਕ ਭੇਤ ਤਾਂ ਬਣਿਆ ਰਿਹਾ ਅੰਦਰੋਂ ਅੰਦਰ, ਕੁਛ ਗੱਲਾਂ ਦਾ ਲੱਗ ਰਿਹਾ ਸੀ ਵੀ ਐਂ ਚੱਲੀ ਆ, ਲੇਕਿਨ ਉਹ ਕਹਿੰਦੇ ਉਸ ਨੂੰ ਹੀਰੋ ਬਣਾਇਆ ਜਾ ਰਿਹਾ, ਉਸ ਨੂੰ ਹੀਰੋ ਬਣਾਇਆ ਜਾ ਰਿਹਾ ਜਿਹੜਾ ਦੋਸ਼ੀ ਹੈ, ਉਹ ਸਾਜ਼ਿਸ਼ ਏ ਸਾਰੀ ਰਚੀ ਜਾ ਰਹੀ ਹੈ। ਉਹ ਸੁਖਬੀਰ ਬਾਦਲ ਹੋਰਾਂ ਦਾ ਵੀ ਤੁਸੀਂ ਟਵੀਟ ਦੇਖਿਆ? ਮੈਂ ਇਹੀ ਕਹਿੰਦਾ ਉਲਟਾ ਚੋਰ ਕਤਵਾਲ ਕੋ ਡਾਂਟੇ, ਸਾਨੂੰ ਕਹਿੰਦੇ ਉਹਨੂੰ ਹੀਰੋ ਬਣਾਇਆ, ਹੀਰੋ ਤਾਂ ਉਹਨਾਂ ਨੇ ਬਣਾਇਆ,
ਹੀਰੋ ਤਾਂ ਘਰਾਂ ਚ ਬੈਠ ਕੇ ਮਤਲਬ ਵਿਚੋਲਾ ਤਾਂ ਉਹਨਾਂ ਨੇ ਬਣਾਇਆ, ਚਿੱਠੀਆਂ ਉਹ ਲਿਆ ਕੇ ਦਿੰਦਾ ਰਿਹਾ, ਇਹਨਾਂ ਦੀਆਂ ਚਿੱਠੀਆਂ ਉਹਨਾਂ ਕੋਲ ਜਾਂਦਾ ਰਿਹਾ, ਉਹਨਾਂ ਦੀਆਂ ਇਹਨਾਂ ਕੋਲ ਲਿਆਉਂਦਾ ਰਿਹਾ, ਤੇ ਜਿਹੜੀਆਂ ਮਤਲਬ ਇਹ ਤਾਂ ਬਹੁਤ ਨੇੜੇ ਦੇ ਬੰਦੇ ਕੋਲ ਹੁੰਦੀਆਂ ਨੇ ਇਹ ਗੱਲਾਂ, ਅਸੀਂ ਹੁਣ ਪਾਰਟੀ ਚ ਐਨ ਨਾਲ ਰਹੇ ਹਾਂ, ਸਾਨੂੰ ਅੱਜ ਤੱਕ ਦੱਸਿਆ ਨੀ, ਤੇ ਇਹਦਾ ਮਤਲਬ ਫਿਰ ਹੀਰੋ ਤਾਂ ਉਹਨੂੰ ਪ੍ਰਦੀਪ ਕਲੇਰ ਨੂੰ ਇਹ ਹੈ ਨਾ ਬਣਾਉਣ ਵਾਲੇ। ਪ੍ਰਦੀਪ ਕਲੇਰ ਦੇ ਪਿੱਛੇ ਕੌਣ ਹੈ? ਮਤਲਬ 2015 ਦਾ ਮਸਲਾ, 17-18 ਦਾ ਮਸਲਾ, ਔਰ 2024 ਚ ਇਕਦਮ ਸਾਹਮਣੇ ਆ ਜਾਣਾ, ਪਿੱਛੇ ਕੋਈ ਨਾ ਕੋਈ ਤਾਂ ਪ੍ਰਦੀਪ ਕਲੇਰ ਤਾਂ ਹੁਣ ਸਾਨੂੰ ਨੀ ਪਤਾ ਕੌਣ ਪਿੱਛੇ ਹੈ ਇਹਦੇ, ਪਰ ਇੱਕ ਗੱਲ ਇਹ ਆ ਵੀ ਕਹਿੰਦੇ ਨਾ ਗੁਰੂ ਸਾਹਿਬ ਨੇ ਕਿਹਾ ਕੂੜ ਨਖੱਟੇ ਨਾਨਕਾ ਉੜਕ ਸੱਚ ਰਹੇ, ਕਦੇ ਨਾ ਕਦੇ ਝੂਠ ਨੰਗਾ ਹੁੰਦਾ ਹੀ ਆ, ਕਦੇ ਨਾ ਕਦੇ ਗੱਲਾਂ ਦਾ ਪੜਦੇ ਫਾਸ਼ ਹੁੰਦੇ ਹੀ ਨੇ। ਉਹਨੇ ਆਪ ਹੀ ਕਿਹਾ ਵੀ ਮੇਰੀ ਮੇਰੀ ਆਤਮਾ ਤੇ ਇੰਨਾ ਬਹੁਤ ਸੀ ਵੀ ਮੇਰੇ ਤੋਂ ਹੁਣ ਸੱਚ ਕਹੇ ਬਿਨਾਂ ਰਿਹਾ ਨੀ ਗਿਆ, ਜੋ ਉਹਨੇ ਕਿਹਾ। ਪਰ ਇਹ ਗੱਲਾਂ ਤਾਂ ਇਹ ਦੱਸਣ ਵੀ ਉਹਦੀ ਉਹਨਾਂ ਦੀ ਕੋਠੀ ਜਾਂਦਾ ਰਿਹਾ ਕਿ ਨਹੀਂ ਜਾਂਦਾ ਰਿਹਾ, ਵਿਚੋਲਾ ਬਣਾਇਆ ਕਿ ਨਹੀਂ ਬਣਾਇਆ, ਚਿੱਠੀਆਂ ਆਦਾਨ ਪ੍ਰਦਾਨ ਕੀਤੀਆਂ ਕਿ ਨਹੀਂ ਕੀਤੀਆਂ, ਇਹਦਾ ਤਾਂ ਕੋਈ ਜਵਾਬ ਨਹੀਂ ਦਿੰਦੇ। ਉਹਦੇ ਪਿੱਛੇ ਇਹਨਾਂ ਦਾ ਹੱਥ ਆ ਵੀ ਸਾਡਾ ਉੱਪਰ ਨੂੰ ਆ ਕੇ ਹੱਥ ਹੋ ਗਿਆ, ਕੋਠੀਆਂ ਤੇ ਬਿਠਾਏ, ਚਾਹਾਂ ਇਹ ਪਿਲਾਉਣ, ਚਿੱਠੀਆਂ ਇਹ ਜਾਲੀ ਬਣਾਉਣ, ਉਹਦੇ ਰਾਹੀਂ ਪਹੁੰਚਾਉਣ। ਰਾਮੂ ਵਾਲੀਆ ਦਾ ਵੀ ਜ਼ਿਕਰ ਹੋਇਆ ਇੱਕ ਥਾਂ ਤੇ, ਰਾਮੂ ਵਾਲੀਆ ਵਿੱਚ ਤੁਹਾਡੀ ਰਾਮੂ ਵਾਲੀਆ ਨਾਲ ਗੱਲ ਹੋਈ? ਨਹੀਂ, ਮੇਰੀ ਹੋਈ ਨਹੀਂ ਅਜੇ ਗੱਲ, ਮੇਰਾ ਖਿਆਲ ਬਾਹਰ ਗਏ ਹੋਏ ਨੇ, ਪਰ ਰਾਮੂ ਵਾਲੇ ਜੀ ਵੀ ਆ ਜਾਣਗੇ, ਉਹ ਵੀ ਦੱਸ ਦੇਣਗੇ ਕੀ ਹੋਇਆ। ਤੁਸੀਂ ਕਿਹਾ ਜਥੇਦਾਰ ਸਾਹਿਬ ਨੂੰ 100 ਮੋਟੋ ਨੋਟਿਸ ਲੈ ਲੈਣਾ ਚਾਹੀਦਾ ਸੀ, ਕਿਸ ਤਰੀਕੇ ਦਾ ਐਕਸ਼ਨ ਹੋਣਾ ਚਾਹੀਦਾ ਜੇ ਚੀਜ਼ਾਂ ਸਾਹਮਣੇ ਆਉਂਦੀਆਂ? ਕਿਹਾ ਵੀ ਹੋ ਸਕਦਾ ਉਹ ਲੈਣ, ਕਿਉਂਕਿ ਤੁਸੀਂ ਮੈਨੂੰ ਕਿਹਾ ਨਾ ਵੀ ਤੁਸੀਂ ਜਾ ਕੇ ਉਹਨਾਂ ਨੂੰ ਦੱਸੋਗੇ, ਦੱਸਣ ਦਾ ਗੱਲ ਉਹ ਹੁੰਦੀ ਹੈ ਜਿਹੜੀ ਪੜਦੇ 'ਚ ਹੋਵੇ, ਜਿਹੜੀ ਲੋਕੀ ਸੀ ਪੀ ਇਹ ਵੀ ਹੁਣ ਤਾਂ ਪੜਦੇ ਫਾਸ਼ ਹੋ ਗਏ, ਹੁਣ ਤਾਂ ਸੱਚ ਜਾਗਰ ਹੋ ਗਿਆ, ਹੁਣ ਤਾਂ ਦੁਨੀਆਂ ਭਰ ਨੂੰ ਪਤਾ ਲੱਗ ਗਿਆ, ਹੁਣ ਦੁਨੀਆਂ ਭਰ ਦਾ ਨਾਨਕ ਨਾਮ ਲੇਵਾ ਲੋਕਾਂ 'ਚ ਇਹ ਤਸੱਲੀ ਮਚੀ ਹੋਈ ਆ, ਬਲਕਿ ਇੰਤਜ਼ਾਰ ਕਰ ਰਹੇ ਹਾਂ ਜੈਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਉਹ ਕੀ ਕਰਦੇ ਨੇ। ਸੋ ਇਹ ਸਾਰੀਆਂ ਗੱਲਾਂ ਹੁਣ ਪਬਲਿਕ ਡੋਮੇਨ 'ਚ ਆ ਗਈਆਂ, ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੱਸਣ ਦੀ ਲੋੜ ਨਹੀਂ, ਬਲਕਿ ਹੁਣ ਤਾਂ ਉਹਨਾਂ ਨੂੰ ਆਪ ਹੀ ਮੇਰਾ ਖਿਆਲ ਆ ਕੋਈ ਕਦਮ ਪੁੱਟਣਾ ਪਏਗਾ। ਇੱਕ ਬੀਜੇਪੀ ਦੇ ਲੀਡਰ ਨੇ ਹਰਜੀਤ ਗਰੇਵਾਲ, ਉਹ ਕਹਿੰਦੇ ਕਿ ਅਕਾਲੀ ਦਲ ਦਾ ਡਾਊਨਫਾਲ ਹੋਣਾ ਪੰਜਾਬ ਲਈ ਖਤਰਨਾਕ ਹੈ, ਪੰਜਾਬ ਦਾ ਨੁਕਸਾਨ ਹੋਏਗਾ, ਔਰ ਬੀਜੇਪੀ ਅਕਾਲੀ ਦਲ ਦੀ ਦੋਸਤ ਹੈ, ਦੁਸ਼ਮਣ ਨਹੀਂ ਹੈ, ਜੇ SGPC ਕਿਸੇ ਹੋਰ ਕੋ ਚਲੇਗੀ ਤਾਂ ਫਿਰ ਪੰਜਾਬ ਦਾ ਨੁਕਸਾਨ ਹੋਏਗਾ। ਨਹੀਂ, ਇਹ ਤਾਂ ਜਿਹੜਾ ਪੰਜਾਬ ਦਾ ਦਰਦ ਸਮਝਦਾ, ਜਿਹਨੂੰ ਪੰਜਾਬ ਦੀ ਚਿੰਤਾ, ਉਹ ਕੁਦਰਤੀ ਤੌਰ ਤੇ ਅੱਜ ਹਰੇਕ ਬੰਦਾ ਮਹਿਸੂਸ ਕਰਦਾ ਵੀ ਅਕਾਲੀ ਦਲ ਦਾ ਜਿਹੜਾ ਹਾਲ ਮਾੜਾ ਹੋਇਆ ਤੇ ਇਹਦਾ ਨੁਕਸਾਨ ਪੰਜਾਬ ਨੂੰ ਹੋਣਾ। ਪਰ ਜੇ ਅਫਸੋਸ ਇਸ ਗੱਲ ਦਾ ਵੀ ਜਿਹੜੇ ਅਕਾਲੀ ਦਲ ਦੀ ਅਗਵਾਈ ਜਿਹਨਾਂ ਨੂੰ ਸੰਭਾਲੀ ਸੀ, ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਇਸ ਗੱਲ ਦਾ, ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ, ਦੂਜੀਆਂ ਪਾਰਟੀਆਂ ਤਾਂ ਚਿੰਤਾ ਕਰੀ ਜਾ ਰਹੇ ਨੇ, ਤੇ ਜਿਹੜਾ ਆਪ ਅਗਵਾਈ ਜਿਹਨੂੰ ਸੰਭਾਲੀ ਉਹਨੂੰ ਕੋਈ ਚਿੰਤਾ ਹੀ ਨਹੀਂ। ਹੁਣ ਇਹ ਮੈਂ ਨਹੀਂ ਕਹਿੰਦਾ ਜਾਂ ਸਾਡੇ ਸਾਥੀ ਨਹੀਂ ਕਹਿੰਦੇ, ਇਹ ਤਾਂ ਇਕੱਲੇ ਇਕੱਲੇ ਵਰਕਰ ਦੀ ਅੰਦਰਲੀ ਆਤਮਾ ਦੀ ਆਵਾਜ਼ ਕਲਮਬੰਦ ਕੀਤੀ ਆ, ਕਲਮਬੰਦ ਵੀ ਉਹਨੇ ਕੀਤੀ ਆ ਜਿਹੜੇ ਸਾਹ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥਾਂ ਨਾਲ ਕਮੇਟੀ ਬਣਾਈ, ਭਰੋਸੇਯੋਗ ਬੰਦਿਆਂ ਦੀ ਕਮੇਟੀ ਬਣਾਈ, ਉਹ ਕਮੇਟੀ ਨੇ ਸਾਰੇ ਪੰਜਾਬ ਦੇ ਹਲਕਿਆਂ ਦੇ ਵੀ ਰਾਊਂਡ ਲਾ ਕੇ ਆਪਣੇ ਸਿਹਰਦ ਵਰਕਰਾਂ ਦੀ ਨਬਜ਼ ਪਛਾਣ ਕੇ ਉਹਨਾਂ ਦੀ ਭਾਵਨਾ ਨੂੰ ਕਲਮਬੰਦ ਕਰਕੇ ਮਤਲਬ ਸਾਹਮਣੇ ਰੱਖਿਆ। ਜਿਹੜੀ ਝੁੰਦਾ ਕਮੇਟੀ ਸੀ ਉਹਦਾ ਕੁੱਲ ਨਿਚੋੜ ਇਹ ਸੀ ਵੀ ਸਾਹ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਦਿਖਾਉਣਾ ਚਾਹੀਦਾ, ਔਰ ਇੱਥੇ ਤੱਕ ਕਿਹਾ ਵੀ ਸਾਹ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਏ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗ ਸਕਦੇ, ਸ਼੍ਰੋਮਣੀ ਅਕਾਲੀ ਦਲ ਪੈਰਾਂ ਸਿਰ ਨਹੀਂ ਹੋ ਸਕਦਾ। ਇਹ 22 ਤੋਂ ਬਾਅਦ ਝੁੰਦਾ ਕਮੇਟੀ ਨੇ ਰਿਪੋਰਟ ਕੀਤੀ, ਤੁਸੀਂ ਹੈਰਾਨ ਹੋਵੋਗੇ, ਉਹ ਕਮੇਟੀ 'ਤੇ ਅਮਲ ਨਹੀਂ ਹੋਇਆ, ਅਤੇ ਕਮੇਟੀ 'ਤੇ ਅਮਲ ਨਹੀਂ ਹੋਇਆ ਅਤੇ ਹਾਲ ਉਹੀ ਹੋਇਆ ਜੋ ਝੁੰਦਾ ਕਮੇਟੀ ਨੇ ਰਿਪੋਰਟ ਕੀਤੀ ਸੀ ਵੀ ਅਕਾਲੀ ਦਲ ਖੜ ਨਹੀਂ ਸਕਦਾ, ਡਾਊਨ ਜਾਊਗਾ। ਝੁੰਦਾ ਕਮੇਟੀ ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਇੱਕ ਪਰਿਵਾਰ ਚ ਝੁੰਦਾ ਕਮੇਟੀ ਇਹ ਵੀ ਕਹਿੰਦੀ ਕਿ 0.1% ਦੀ ਰਹਿ ਗਿਆ, ਝੁੰਦਾ ਕਮੇਟੀ ਇਹ ਵੀ ਕਹਿੰਦੀ ਇੱਕ ਪਰਿਵਾਰ ਇੱਕ ਟਿਕਟ, ਤੁਹਾਡੇ ਬੇਟੇ ਇਲੈਕਸ਼ਨ ਲੜਦੇ ਹੈ,
ਤੁਸੀਂ ਵੀ ਲੋਕ ਸਭਾ ਦਾ ਇਲੈਕਸ਼ਨ ਲੜਿਆ, ਤੁਸੀਂ ਤੁਹਾਡੇ ਪਰਿਵਾਰ ਚੋਂ ਇੱਕ ਪਰਿਵਾਰ ਤੁਸੀਂ ਇਲੈਕਸ਼ਨ ਲੜੋਗੇ? ਪਤਾ ਹੋਣਾ ਚਾਹੀਦਾ ਵੀ ਜਿਹੜੀ ਝੁੰਦਾ ਕਮੇਟੀ ਉਹ 22 ਤੋਂ ਬਾਅਦ ਬਣੀ ਆ। ਅਸੀਂ ਚੋਣ ਲੜੀ ਸੀ 22 ਦੇ ਵਿੱਚ, 22 ਤੋਂ ਬਾਅਦ ਬਣੀ ਆ। ਹੁਣ 22 ਤੋਂ ਬਾਅਦ ਅਸੀਂ ਅਮਲ ਕਰਾਂਗੇ। ਸਾਡੇ ਪਰਿਵਾਰ ਚੋਂ ਭਾਵੇਂ ਪਾਰਲੀਮੈਂਟ ਆ ਭਾਵੇਂ ਅਸੈਂਬਲੀ ਆ, ਇੱਕੇ ਚੋਣ ਲੜਾਂਗੇ। ਮੈਂ ਨਹੀਂ ਚੋਣ ਲੜਨੀ। ਤੁਸੀਂ ਨਹੀਂ ਲੜਨੀ? ਨਹੀਂ ਲੜਨੀ, ਕਦੀ ਨਹੀਂ ਲੜਨੀ ਚੋਣ, ਨਹੀਂ ਲੜਨੀ। ਚੋਣ ਨਹੀਂ ਲੜਨੀ ਨਾ ਵਿਧਾਨ ਸਭਾ ਦੀ ਨਾ ਲੋਕ ਸਭਾ? ਫੈਸਲਾ ਕਰਤਾ ਵੀ ਮੈਂ ਚੋਣ ਨਹੀਂ, ਪਰਿਵਾਰ ਚੋਂ ਸਾਡੇ ਬੇਟਾ ਹੀ ਲੜੇਗਾ, ਮੈਂ ਨਹੀਂ ਲੜਨੀ। ਚਾਹੇ ਵਿਧਾਨ ਸਭਾ ਦੀ ਹੋਵੇ, ਲੋਕ ਸਭਾ ਦੀ ਹੋਵੇ, ਪ੍ਰੇਮ ਸਿੰਘ ਚੰਦੂਮਾਜਰਾ ਚੋਣ ਨਹੀਂ ਲੜਨੀ। ਅਸੀਂ ਨਾ ਅਸੀਂ ਕਲੀਅਰ ਕੱਟ, ਅਸੀਂ ਕਲੀਅਰ ਕੱਟ ਆ। ਅਸੀਂ ਬੜਾ ਕਲੀਅਰ ਕਹਿਤਾ ਵੀ ਅਸੀਂ ਤਿਆਗ ਦੀ ਭਾਵਨਾ ਜੇ ਸਾਹ ਸੁਖਬੀਰ ਸਿੰਘ ਬਾਦਲ ਤੋਂ ਤਵੱਕੋ ਕਰਦੇ ਹਾਂ ਤਾਂ ਸਾਨੂੰ ਵੀ ਦਿਖਾਉਣੀ ਪਏਗੀ। ਤੇ ਇਸੇ ਕਰਕੇ ਅਸੀਂ ਅੱਜ ਨਵੇਂ ਮੁੰਡਿਆਂ ਨੂੰ ਅਗਵਾਈ ਦਿੱਤੀ ਆ। ਯੰਗ ਇਹ ਕਲੀਅਰ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਨਿਊਜ਼ 18 ਤੇ ਕਹਿ ਰਹੇ ਨੇ ਕਿ ਨਾ ਲੋਕ ਸਭਾ ਨਾ ਵਿਧਾਨ ਸਭਾ ਕੋਈ ਚੋਣ ਨਹੀਂ ਲੜਨੀ। ਬੜਾ ਸਾਫ਼ ਕਹਿਤਾ ਵੀ ਮੈਂ ਚੋਣ ਨਹੀਂ ਲੜਨੀ ਕੋਈ, ਅਸੀਂ ਪਾਰਟੀ ਨੂੰ ਸਟਰੈਂਥਨ ਕਰਨਾ। ਅੱਜ ਸਮਾਂ ਆ ਗਿਆ ਕਿ ਸਾਡੇ ਵਰਗੇ ਲੋਕਾਂ ਨੂੰ ਹੁਣ ਤਿਆਗ ਦਿਖਾਉਣਾ ਪਏਗਾ। ਜੇ ਅਸੀਂ ਤਿਆਗ ਦਿਖਾਵਾਂਗੇ ਤਾਂ ਅਸੀਂ ਪਾਰਟੀ ਨੂੰ ਅੱਗੇ ਲਿਜਾ ਸਕਾਂਗੇ। ਲੇਕਿਨ ਸਿਆਸਤ 'ਚ ਐਕਟਿਵ ਰਹੋਗੇ? ਸਿਆਸਤ ਐਕਟਿਵ ਰਹਾਂਗੇ ਰਹਾਂਗੇ। ਚੋਣਾਂ ਲੜਨਾ ਕੋਈ ਸਿਆਸਤ ਇਕੱਲੀ ਸਿਆਸਤ ਨਹੀਂ ਹੈ। ਸਿਆਸਤ ਵੀ ਤੁਸੀਂ ਸੇਵਾ ਕਰ ਸਕਦੇ ਹੋ, ਸਿਆਸਤ ਵੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ, ਸਿਆਸਤ ਵੀ ਤੁਸੀਂ ਗਲਤ ਹੋ ਰਹੇ ਕੰਮਾਂ ਦਾ ਵਿਰੋਧ ਕਰ ਸਕਦੇ ਹੋ, ਤੇ ਚੋਣਾਂ ਲੜਨਾ ਹੀ ਇਕੱਲੀ ਸਿਆਸਤ ਨਹੀਂ ਹੈ। ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਅਸੀਂ ਹਰ ਉਹਦੇ 'ਚ ਕਰਾਂਗੇ। ਜੋ ਉੱਪਰ ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਵੀ ਅੱਜ ਲੋੜ ਆ ਤਿਆਗ ਦਿਖਾਉਣ ਦੀ, ਅੱਜ ਲੋੜ ਆ ਮੰਨ ਇੱਕ ਕਿਸਮ ਦੀ ਨਵੀਂ ਜਨਰੇਸ਼ਨ ਨੂੰ ਅਗਵਾਈ ਸੰਭਾਲਣ ਦੀ। ਹਾਂ ਇਹ ਜ਼ਰੂਰ ਆ ਵੀ ਅਕਾਲੀ ਦਲ ਦੀ ਜਿਹੀ ਜੀ ਦਿੱਖ ਹੋਣੀ ਚਾਹੀਦੀ ਆ, ਜਿਹਾ ਜਿਹਾ ਪਹਿਰਾਵਾ ਹੋਣਾ ਚਾਹੀਦਾ, ਜਿਹਾ ਜਿਹਾ ਬੋਲਚਾਲ ਹੋਣਾ ਚਾਹੀਦਾ, ਜਿਹਾ ਜਿਹਾ ਕਿਰਦਾਰ ਹੋਣਾ ਚਾਹੀਦਾ, ਜਿਹੇ ਜਿਹੇ ਕਿਸੇ ਜਥੇਦਾਰ ਤੋਂ ਲੋਕ ਤਵੱਕੋਂ ਕਰਦੇ ਆ, ਉਹੋ ਜਿਹੇ ਹੱਥਾਂ ਵਿੱਚ ਅਕਾਲੀ ਦਲ ਦੀ ਅਗਵਾਈ ਹੋਣੀ ਚਾਹੀਦੀ। ਅੱਛਾ, ਦੂਜਾ ਵੀ ਇਹ, ਸਰਬਜੀਤ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ, ਉਹ ਕਹਿੰਦੇ ਅਸੀਂ ਨਵੀਂ ਪਾਰਟੀ ਬਣਾਵਾਂਗੇ, ਅਕਾਲੀ ਦਲ ਹੀ ਹੋਏਗੀ, ਔਰ ਜਿਹੜੇ ਬਾਗੀ ਨੇ ਜਾਂ ਜਿਹਦੇ ਤੁਹਾਡਾ ਜ਼ਿਕਰ ਕਰ ਰਹੇ ਸਾਰੇ ਲੀਡਰਾਂ ਦਾ, ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਉਹਨਾਂ 'ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਤੁਸੀਂ ਉਹਨਾਂ ਦੇ ਨਾਲ ਚੱਲਿਆ ਜਾਓ। ਦੇਖੋ ਕੁਦਰਤੀ ਤੌਰ 'ਤੇ ਜਥੇਦਾਰ ਮੋਹਨ ਸਿੰਘ ਤੋੜਹੋਰਾਂ ਦੀ ਬਰਸੀ 'ਤੇ ਮੈਂ ਜਿਵੇਂ ਦੱਸਿਆ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਗਈਆਂ ਔਰ ਆ ਪਾਈਆਂ। ਸੋ ਇਹ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ, ਪੰਜਾਬ ਦਾ ਭਲਾ ਚਾਹੁੰਦੇ ਨੇ, ਔਰ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਮਹਿਨਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਚਿਹਰਿਆਂ ਨੂੰ ਅਗਾ ਲਿਆਉਣਾ ਚਾਹੁੰਦੇ ਹਾਂ, ਯੰਗ ਜਨਰੇਸ਼ਨ ਨਵੀਂ ਜਨਰੇਸ਼ਨ ਦੇ ਹੱਥ ਕਮਾਂਡ ਦੇਣੀ ਚਾਹੁੰਦੇ ਆ, ਉਹ ਜ਼ਰੂਰ ਇਹ ਮਹਿਸੂਸ ਕਰਦੇ ਨੇ ਜੋ ਸਰਬਜੀਤ ਖਾਲਸਾ ਉਹਨਾਂ ਨੇ ਕੀਤੀ ਆ। ਸਾਡਾ ਕੋਸ਼ਿਸ਼ ਹੋਏਗੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁੱਖ ਏਜੰਡਾ ਵੀ ਮਤਲਬ ਫੈਡਰਲਿਜ਼ਮ ਨੂੰ ਦੇਸ਼ ਦੇ ਵਿੱਚ ਮਜ਼ਬੂਤ ਕਰਨਾ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਨਾ, ਦੇਸ਼ ਦੇ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀ ਤਰਜ਼ 'ਤੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨਾ, ਔਰ ਸਰਬੱਤ ਦੇ ਭਲੇ ਨੂੰ ਮਤਲਬ ਇੱਕ ਆਦਰਸ਼ ਬਣਾ ਕੇ ਚੱਲਣਾ, ਇਹ ਗੱਲਾਂ ਨੂੰ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਿਸਮ ਦਾ ਜਿਹੜਾ ਖਿੰਡਿਆ ਪੁੰਡਿਆ ਪਿਆ ਮਤਲਬ ਅੱਡ ਅੱਡ ਹੋਇਆ ਪਿਆ ਉਹਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦਾ ਯਤਨ ਕਰਾਂਗੇ। ਉਸ ਪਲੇਟਫਾਰਮ 'ਤੇ ਸਰਬਜੀਤ ਖਾਲਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਵੀ ਸੋਚ ਰੱਖਣ ਵਾਲੇ ਹੋਣਗੇ ਸਾਰੇ ਇਕੱਠੇ ਹੋਣਗੇ। ਇਹ ਉਹ ਕਹਿੰਦੇ ਅਸੀਂ ਆਪਣੀ ਅਕਾਲੀ ਦਲ ਬਣਾਵਾਂਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ, ਇਹ ਕਿਸ ਤਰੀਕੇ ਨਾਲ ਰੂਪਰੇਖਾ ਹੋਏਗੀ ਕਿ ਸਰਬਜੀਤ ਖਾਲਸਾ ਨਾਲ ਆ ਜਾਣ, ਅੰਮ੍ਰਿਤਪਾਲ ਸਿੰਘ ਨਾਲ ਆ ਜਾਣ, ਇੱਕੋ ਪਲੇਟਫਾਰਮ ਤੇ ਤੁਸੀਂ ਵੀ ਹੋਵੋ? ਗੱਲ ਤਾਂ ਸਿਧਾਂਤ ਦੀ ਆ, ਗੱਲ ਤਾਂ ਵਿਚਾਰ ਦੀ ਆ। ਜਦੋਂ ਸਿਧਾਂਤ ਵਿਚਾਰ ਜਿਹੜੇ ਇਕੱਠੇ ਹੋ ਕੇ ਚੱਲਣਗੇ ਤਾਂ ਵਿਅਕਤੀ ਤਾਂ ਉਹਨਾਂ ਮਹਿਨਾ ਨਹੀਂ ਨਾ ਰੱਖਦੇ, ਸੋਚ ਰੱਖਦੀ ਆ। ਤੁਹਾਡੀ ਗੱਲ ਹੋਈ ਸਰਬਜੀਤ ਖਾਲਸਾ ਨਾਲ ਜਾਂ ਤੁਸੀਂ ਮਿਲਦੇ ਰਹਿੰਦੇ? ਮਿਲੇ ਸੀ ਪਿੱਛੇ ਜੇ ਸਾਨੂੰ, ਉੱਥੇ ਉਹਨਾਂ ਨੇ ਕਿਹਾ ਤੁਹਾਨੂੰ ਮਿਲੇ ਸੀ।
ਨਾ ਉੱਥੇ ਤਾਂ ਵੈਸੇ ਗੈਰ ਰਸਮੀ ਗੱਲਾਂ ਹੋਈਆਂ ਤੇ ਹੁੰਦੀਆਂ ਰਹਿਣਗੀਆਂ ਗੱਲਾਂ, ਇਹ ਤਾਂ ਕੋਈ ਉਹ ਨਹੀਂ ਹੈ। ਕਿਉਂਕਿ ਉਹਨਾਂ ਨੇ ਨਿਊਜ਼ 18 ਤੇ ਆ ਕੇ ਕਿਹਾ ਸੀ ਕਿ ਅਸੀਂ ਨਾਲ ਲੈ ਕੇ ਚੱਲਣਾ, ਇਕੱਠੇ ਚੱਲਾਂਗੇ, ਤੁਸੀਂ ਕਹਿ ਰਹੇ ਹੋ ਇਹ ਚੰਗੀ ਗੱਲ ਆ। ਮੈਂ ਤਾਂ ਆਪ ਕਹਿੰਦਾ ਵੀ ਜਿਹੜੇ ਪੰਥ ਹਿਤੈਸ਼ੀ ਲੋਕ ਨੇ, ਪੰਥ ਦਰਦੀ ਲੋਕ ਨੇ, ਪੰਜਾਬ ਨੂੰ ਅੱਜ ਇਸ ਨਿਘਾਰ ਚੋਂ ਕੱਢਣਾ ਚਾਹੁੰਦੇ ਨੇ, ਅਕਾਲੀ ਦਲ ਨੂੰ ਫਿੜੇ ਪੁੜੇ ਨੂੰ ਅੱਜ ਇਕੱਠਾ ਕਰਨਾ ਚਾਹੁੰਦੇ ਨੇ, ਉਹੀ ਸੋਚ ਰੱਖਦੇ ਨੇ ਜੋ ਸਰਬਜੀਤ ਖਾਲਸਾ ਉਹਨਾਂ ਨੇ ਕਹੀ ਆ। ਕਿਉਂਕਿ ਉਹਨਾਂ ਵਿੱਚ ਅੰਮ੍ਰਿਤਪਾਲ ਵੀ ਨੇ, ਅੰਮ੍ਰਿਤਪਾਲ ਵੀ ਨਾਲ ਹੋਣਗੇ। ਦੇਖੋ ਕੋਈ ਵੀ, ਮੈਂ ਤੁਹਾਨੂੰ ਬੜਾ ਸਪਸ਼ਟ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ, ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਨੂੰ ਲੈ ਕੇ ਚੱਲਿਆ, ਔਰ ਦੇਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਹਿਚਾਣ ਆ, ਜਿੱਥੇ ਪੰਥਕ ਹਿੱਤਾਂ ਦੀ ਪਹਿਰੇਦਾਰ ਪਾਰਟੀ ਦੇ ਤੌਰ 'ਤੇ ਉੱਥੇ ਹਰ ਵਰਗ ਦੀ ਰਾਖੀ ਕਰਨੀ ਆ, ਦੁਕਾਨਦਾਰ, ਵਪਾਰੀ, ਕਿਸਾਨ, ਮੁਲਾਜ਼ਮ, ਖਾਸ ਤੌਰ 'ਤੇ ਪੰਜਾਬ ਦੇ ਹਿਤੈਸ਼ੀ ਦੇ ਅਤੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ, ਫੈਡਰਲ ਢਾਂਚੇ ਦੀ ਮਜ਼ਬੂਤੀ ਲਈ, ਕੇਂਦਰ ਅਤੇ ਸੂਬਿਆਂ ਦੇ ਵਧੀਆ ਰਿਲੇਸ਼ਨ ਬਣਾ ਕੇ ਸੂਬੇ ਦੇ ਹਿੱਤ ਪਾਲਣ ਲਈ ਇੱਕ ਵਿਚਾਰਧਾਰਾ ਤਿਆਰ ਕੀਤੀ ਆ। ਕਿਉਂਕਿ ਅੰਮ੍ਰਿਤਪਾਲ ਹੋਰਾਂ ਦੇ ਖਾਲਿਸਤਾਨੀ ਇਲਜ਼ਾਮ ਲੱਗਦੇ, ਮੈਂ ਇਸ ਕਰਕੇ ਕਹਿ ਰਿਹਾ। ਇਹ ਤਾਂ ਪਤਾ ਨਹੀਂ ਇਲਜ਼ਾਮ ਕੌਣ ਲਾਉਂਦਾ ਕੀ ਆ, ਉਹ ਤਾਂ ਉਹਨਾਂ ਦੀ ਸੋਚ ਉਹੀ ਦੱਸ ਸਕਦੇ ਨੇ, ਪਰ ਜਿਹੜੀ ਵੀ ਮਤਲਬ ਅਕਾਲੀ ਦਲ ਅਸੀਂ ਚਾਹੁੰਦੇ ਹਾਂ ਉਹ ਅਕਾਲੀ ਦਲ ਦੀ ਵਿਚਾਰਧਾਰਾ ਇਹ ਆ। ਕਿਉਂਕਿ SGPC ਦੀਆਂ ਚੋਣਾਂ ਇਸੇ ਸਾਲ ਹੋ ਸਕਦੀਆਂ ਨੇ, ਤਾਂ ਇਕੱਠੇ ਅੰਮ੍ਰਿਤਪਾਲ, ਸਰਬਜੀਤ ਖਾਲਸਾ ਹੋਰਾਂ ਨਾਲ ਮਿਲ ਕੇ ਤੁਸੀਂ ਸਾਰੇ ਇਕੱਠੇ ਲੜ ਸਕਦੇ ਹੋ? ਇਹ ਕੁਦਰਤੀ ਤੌਰ ਤੇ ਮੈਂ ਸਮਝਦਾ ਜਿਹੜੇ ਗੱਲ ਵਿਅਕਤੀਆਂ ਦੀ ਨੀ, ਗੱਲ ਸੋਚ ਤੇ ਆ। ਜਿਹੜੀ ਆ ਵਿਚਾਰਧਾਰਾ ਹੋਏਗੀ ਨਾ ਵੀ ਦੇਸ਼ ਦੇ ਵਿੱਚ ਮਜ਼ਬੂਤੀ ਤੌਰ ਤੇ ਫੈਡਰਲ ਢਾਂਚਾ ਬਣਾਉਣਾ, ਸੰਘੀ ਢਾਂਚੇ ਦੀ ਵਕਾਲਤ ਕਰਨੀ, ਕੇਂਦਰ ਸੂਬਿਆਂ ਦੇ ਸੰਬੰਧ ਸੁਧਾਰ ਕੇ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਦੇਣੇ, ਵਿਸ਼ੇਸ਼ ਪੈਕੇਜ ਦੇਣੇ, ਸਰਹੱਦਾਂ 'ਤੇ ਰਾਖੀ ਕਰਨ ਲਈ ਵਿਸ਼ੇਸ਼ ਇੰਸੈਂਟਿਵ ਦੇਣੇ, ਕਈ ਗੱਲਾਂ ਇਸ ਸੂਬੇ ਲਈ ਵੱਖਰੀਆਂ, ਔਰ ਇਹਦੇ ਵਾਅਦੇ ਕੀਤੇ ਸੀ ਜਿਹੜੇ ਆਜ਼ਾਦੀ ਦੇ ਸਮੇਂ ਉਹ ਵੀ ਪੂਰੇ ਕਰਾਉਣੇ। ਪਰ ਕੁੱਲ ਮਿਲਾ ਕੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਜਿਹੜਾ ਇੱਕ ਖਾਲਸਾ ਰਾਜ ਸਥਾਪਿਤ ਕਰਕੇ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਵੀ ਇਹ ਖਾਲਸਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਜਿੱਥੇ ਜਿਹੜਾ ਸਰਬੱਤ ਦਾ ਭਲਾ ਮੰਗੇ, ਸਾਰੇ ਧਰਮਾਂ ਦਾ ਬਰਾਬਰ ਸਨਮਾਨ ਹੋਵੇ, ਔਰ ਗਰੀਬ ਤੇ ਅਮੀਰ ਦੇ ਵਿੱਚ ਪਾੜਾ ਖਤਮ ਹੋਵੇ। ਤੁਸੀਂ ਕਿਹਾ ਕਿ ਸਰਬਜੀਤ ਖਾਲਸਾ ਹੋਰਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ, ਕੋਈ ਓਫੀਸ਼ੀਅਲ ਤੌਰ ਤੇ ਵੀ ਆਪਸੀ ਮੁਲਾਕਾਤ ਹੋਏਗੀ ਇਕੱਠੇ ਹੋਣ ਨੂੰ ਇੱਕ ਪਲੇਟਫਾਰਮ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਕੱਠੇ ਉਸ ਦੇ ਵਿੱਚ ਸਰਬਜੀਤ ਖਾਲਸਾ ਹੋਰੀ ਹੋਣ ਹੋ ਸਕਦਾ ਤੁਸੀਂ ਅੰਮ੍ਰਿਤਪਾਲ ਹੋਰਾਂ ਨੂੰ? ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕਿਤੇ ਹੋਣਗੇ ਕੁਦਰਤੀ ਤੌਰ ਤੇ ਬੈਠ ਕੇ ਗੱਲਾਂ ਬਾਤਾਂ ਦਾ ਤੈਅ ਹੋਣਗੀਆਂ, ਹੁੰਦੀਆਂ ਰਹਿਣਗੀਆਂ, ਤੇ ਜਿਹੜੇ ਵੀ ਇੱਕ ਸੋਚ ਵਾਲੇ ਲੋਕ ਆ ਉਹ ਇਕੱਠੇ ਹੋਣਗੇ।